ਜੀ ਇੱਕ ਤੇ ਸ਼ੇਅਰ ਤਾਂ ਤੁਸੀਂ ਕਰ ਹੀ ਦੇਣੀ ਆ ਕਿਉਂਕਿ ਹੈਗੀਆਂ ਕੰਮ ਦੀਆਂ ਗੱਲਾਂ ਅੱਜ ਦੇ ਦਿਨ 15 ਅਕਤੂਬਰ 1932 ਨੂੰ 에어 ਇੰਡੀਆ ਦੀ ਸ਼ੁਰੂਆਤ ਹੋਈ ਸੀ 에어 ਇੰਡੀਆ ਜੋ ਕਿ ਟਾਟਾ 에어ਲਾਈਨ ਦੇ ਤੌਰ ਤੇ ਸ਼ੁਰੂ ਕੀਤੀ ਸੀ ਜਮਸ਼ੇਦ ਜੀ ਰਤਨ ਦਾਦਾ ਭਾਈ ਟਾਟਾ ਨੇ ਅੱਜ ਦੇ ਦਿਨ 15 ਅਕਤੂਬਰ 1932 ਜੋ ਕਿ ਅੱਜ ਕੱਲ 에어 ਇੰਡੀਆ ਦੇ ਨਾਂ ਤੇ ਮਸ਼ਹੂਰ ਹੈ ਟਾਟਾ ਨੇ ਸ਼ੁਰੂ ਕੀਤੀ ਸੀ ਦੇਖ ਸਕਦੇ ਆ ਟਾਟਾ ਦਾ ਪਲੇਨ ਟਾਟਾ 에어ਲਾਈਨ 에어 ਇੰਡੀਆ ਟਾਟਾ ਆਇਰਲੈਂਡ ਦੇ ਨਾਂ ਤੋਂ ਸ਼ੁਰੂ ਹੋਈ ਸੀਗੀ ਦੇਖ ਸਕਦੇ ਆ ਪਲੇਨ ਵੀ ਦੇਖ ਸਕਦੇ ਆ ਯਾਤਰੀ ਵੀ ਦੇਖ ਸਕਦੇ ਆ ਨਿੱਕਰਾਂ ਪਾਈ ਘੁੰਮਦੇ ਗਾਂ ਤੁਹਾਨੂੰ ਦਿਖਾਉਣਾ ਹੋਰ ਜਲਦੀ ਜਲਦੀ ਸ਼ੇਅਰ ਕਰੀ ਜਲੋ ਬੜੀਆਂ ਕੰਮ ਦੀਆਂ ਗੱਲਾਂ ਆ ਕਰਾਇਆ ਸੀ ਆਗਾ ਖਾਨ ਨੇ 500 ਪੌੜਾ ਨਾਮ ਸੀ ਤੇ ਇੰਗਲੈਂਡ ਤੋਂ ਭਾਰਤ ਆਉਣਾ ਸੀ ਮਤਲਬ ਕਰਾਚੀ ਆਉਣਾ ਸੀ ਉਦੋਂ ਕਰਾਚੀ ਵੀ ਭਾਰਤ ਜੇ ਸੀ ਤੇ ਆ ਦੇਖ ਲਓ ਤੁਸੀਂ ਟਾਟਾ ਨੂੰ ਹਰਾਇਆ ਸੀ 7-8 ਬੰਦਿਆਂ ਨੂੰ ਹਰਾ ਕੇ ਪਹਿਲਾਂ ਪਹੁੰਚਿਆ ਸੀ ਮਨਮੋਹਨ ਸਿੰਘ ਇੱਕ ਮਹੀਨੇ 'ਚ ਇੰਗਲੈਂਡ ਤੋਂ ਇੰਡੀਆ ਪਹੁੰਚੇ ਸੀਗੇ ਇੱਕ ਮਹੀਨੇ 'ਚ ਪਲੇਨ 'ਚ ਪੂਰੇ 30 ਦਿਨ ਲੱਗ ਗਏ ਸੀ ਉਸ ਵੇਲੇ ਉਹ ਆਪਣਾ ਇਤਿਹਾਸ ਬੜਾ ਆ ਕੋਈ ਚੱਕਰ ਨਹੀਂ ਦਿਖਾਵਾਂਗੇ ਤੇ ਇਹ ਸੀ ਮਨਮੋਹਨ ਸਿੰਘ ਜੀ ਜਿਹਨੂੰ ਟਾਟਾ ਟੂਟਾ ਨੂੰ ਹਰਾਤਾ ਸੀਗਾ ਦਿਖਾਉਣਾ ਹੋਰ ਸਨ 1917 ਨੂੰ ਇੱਕ ਜਸੂਸ ਹੋਈ ਬਾਈ ਬਲਡਵਾਰ ਬੰਨ ਵੇਲੇ ਬੜੀ ਤਗੜੀ ਤੇ ਬੜੀ ਮਸ਼ਹੂਰ ਜਿਹਨਾਂ ਨਹੀਂ ਪੜਿਆ ਪੜ ਲਓ ਇਹਦੇ ਬਾਰੇ ਮਾਤਾ ਹਰੀ ਭਰ ਕੇ ਤੇ ਹੌਲੈਂਡ ਦੀ ਜੰਪਲ ਸੀ ਤੇ ਇੰਡੀਅਨ ਡਾਂਸ ਇਹਨੂੰ ਬੜਾ ਵਧੀਆ ਆਉਂਦਾ ਸੀ ਹੈਨਾ ਭਾਰਤੀ ਡਾਂਸ ਚ ਮਸ਼ਹੂਰ ਸੀ ਤੇ ਇਹਨੂੰ ਭਾਰਤੀ ਨਾਂ ਵੀ ਦਿੱਤਾ ਗਿਆ ਸੀ ਮਾਤਾ ਹਰੀ ਦੇ ਨਾਂ ਤੋਂ ਮਸ਼ਹੂਰ ਆ ਤੇ ਵੈਸੇ ਤਾਂ ਇਹਦਾ ਨਾਂ ਕੋਈ ਹੋ ਰਹੀ ਸੀਗਾ ਤੇ ਅੱਜ ਦੇ ਦਿਨ 15 ਅਕਤੂਬਰ 1917 ਨੂੰ ਪੈਰਿਸ ਆਲਿਆ ਨੇ ਇਹਨੂੰ ਮਾਰਤਾ ਸੀ ਇਹ ਕਹਿ ਕੇ ਭਈ ਇਹ ਜਰਮਨ ਲਈ ਜਸੂਸੀ ਕਰਦੀ ਆ ਵਰਲਡ ਵਾਰ 1 ਚ ਇਹਦੀ ਸਟੋਰੀ ਬਹੁਤ ਟਰਸਟਿੰਗ ਆ ਨਾਂ ਤੁਹਾਨੂੰ ਦੱਸਤਾ ਆ ਮਾਤਾ ਹਰੀ ਤੇ ਸਪੈਲਿੰਗ ਹਰੀ ਦੇ ਤੁਹਾਨੂੰ ਪਤਾ ਹੀ ਆ ਮਾਤਾ ਹਰੀ ਤੇ ਭਰ ਕੇ ਇਹਦੇ ਬਾਰੇ ਪੜ ਸਕਦੇ ਆ ਤੇ ਮਤਲਬ ਭਈ ਜੋ ਹਿੰਦੀ ਫਿਲਮਾਂ ਚ ਆਪਾਂ ਦੇਖਦੇ ਹੁੰਦੇ ਸੀ ਜਸੂਸੀ ਕਰਦੀ ਆ ਡਾਂਸ ਕਰਦੀ ਆ ਉਹ ਅਸਲ ਜ਼ਿੰਦਗੀ ਚ ਇਸ ਲੇਡੀ ਨੇ ਕੀਤਾ ਸਾਰਾ ਕੁਝ ISO 90 ਨੂੰ ਨੈਲਸਨ ਮੰਡੇਲਾ ਨੂੰ ਭਾਰਤ ਰਤਨ ਜੋਗ ਹੈ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਹੈ ਦਿੱਤਾ ਗਿਆ ਇੱਕ ਨੈਲਸਨ ਮੰਡੇਲਾ ਨੂੰ ਦਿੱਤਾ ਗਿਆ ਇੱਕ ਅਬਦੁਲ ਗਫਾਰ ਖਾਨ ਦੋ ਕਈ ਬੰਦੇ ਆ ਭਾਰਤ ਤੋਂ ਬਾਹਰਲੇ ਜਿਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਦਿੱਤਾ ਗਿਆ ਆ ਤੇ ਉਧਰ ਭਾਰਤ ਦਾ ਇੱਕ ਪ੍ਰਧਾਨ ਮੰਤਰੀ ਹੋਇਆ ਮਰਾਰਜੀ ਦਸਾਈ ਜਿਸ ਨੂੰ ਪਾਕਿਸਤਾਨ ਨੇ ਆਪਣਾ ਸਭ ਤੋਂ ਵੱਡਾ ਅਵਾਰਡ ਦਿੱਤਾ ਨਿਸ਼ਾਨ ਹੈ ਪਾਕਿਸਤਾਨ ਕਿਉਂ ਗਿਆ ਉਸਨੇ ਸਾਰੀਆਂ ਗੱਲਾਂ ਪਹਚਾਤਤੀਆਂ ਸੀ ਪਾਕਿਸਤਾਨ ਦੇ ਕੋਲ ਪਈ ਭਾਰਤੀ ਜ਼ਰਾਇਲ ਦੀ ਮਦਦ ਨਾਲ ਤੁਹਾਡਾ ਜਿਹੜਾ ਪਰਮਾਣੂ ਹਥਿਆਰ ਬਣਾ ਰਿਆ ਉਹਦੇ ਬਾਰੇ ਸਾਨੂੰ ਪਤਾ ਲੱਗ ਗਿਆ ਆ ਸਾਰਾ ਕੁਝ ਸਾਡੇ ਸਾਇੰਟਿਸਟ ਤੁਹਾਡੇ ਪਾਕਿਸਤਾਨ ਚ ਕੰਮ ਕਰਦੇ ਆ ਬਾਰਬਰ ਦੀ ਸ਼ਾਪ ਤੇ ਜਿੱਥੋਂ ਤੁਸੀਂ ਜਿੱਥੇ ਤੁਹਾਡੇ ਸਾਡੇ ਜਸੂਸ ਉੱਥੇ ਪਾਕਿਸਤਾਨ ਚ ਆ ਭਈ ਮਰਾਰਜੀ ਦੇਸਾਈ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਵਾਲਿਆਂ ਨੂੰ ਦੱਸਤਾ ਕਿ ਇੰਡੀਆ ਤੇ ਜਸੂਸ ਉੱਥੇ ਆ ਜਿੱਥੋਂ ਤੁਹਾਡੇ ਸਾਇੰਟਿਸਟ ਵਾਲ ਕਟਾਉਂਦੇ ਵਾਲਾਂ ਦੇ ਉਨੀ ਸੈਂਪਲ ਲੈ ਕੇ ਪਤਾ ਕਰ ਲਿਆ ਆ ਵੀ ਤੁਸੀਂ ਪਰਮਾਣੂ ਹਥਿਆਰ ਤਿਆਰ ਕਰਦੇ ਪਏ ਆ ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਨੇ ਆਪਣਾ ਸਭ ਤੋਂ ਵੱਡਾ ਵਾੜ ਨਿਸ਼ਾਨੇ ਪਾਕਿਸਤਾਨ ਦਿੱਤਾ ਸੀ ਤੇ ਨੈਲਸਨ ਮੰਡੇਲਾ 27 ਸਾਲ ਜੇਲ੍ਹ ਚ ਰਿਹਾ ਸੀ ਤੇ ਆਪਣਾ ਭਰਾ ਹੈ ਕਮਲ ਸਮਰਾ ਇਟਲੀ ਤੋਂ ਤੇ ਬਾਈ ਨੇ ਕਿਹਾ ਸੀ ਤੇ ਇੱਥੇ ਵੀਡੀਓ ਕਰਦੇ ਆ ਜਲਦੀ ਯਮਨ ਵੀਰੇ ਕੋਈ ਚੱਕਰ ਨਹੀਂ 27 ਸਾਲ ਜੇਲ੍ਹ ਚ ਰਿਹਾ ਬੰਦਾ 27 ਸਾਲ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਬਾਦਲ ਦੀ ਕੰਪੇਅਰ ਇੰਨਾ ਕਰਦੇ ਆ ਨਾ ਸਾ ਮੈਂ ਕੰਮ ਸਾਰਾ ਛੱਡ ਕੇ ਲੱਕ ਦਾ ਕੰਮ ਛੱਡ ਛੁੱਡ ਕੇ ਮੈਂ ਇੱਧਰ ਆਇਆ ਫੁੱਲ ਟਾਈਮ ਮੈਨੂੰ ਸੀ ਰਿਸਪੌਂਸ ਵਧੀਆ ਮਿਲੂ ਮੈਂ ਆਪਣਾ ਇਤਿਹਾਸ ਚੱਕ ਕੇ ਲਿਆਉਣਾ ਹਨਾ ਬਈ ਮਤਲਬ ਰੇਡੀਓ ਨੂੰ ਵਧੀਆ ਐਡਾ ਮਿਲਣ ਗਿਆ ਮੇਰੇ ਆ ਮਤਲਬ ਪਈਆ ਵੀਡੀਓ ਕਰਦਾ ਇੱਥੇ ਐਡਾ ਦਾ ਮੈਨੂੰ ਪਤਾ ਕੀ ਕਹਿੰਦੇ ਇੱਥੇ ਸਰੀ ਚ ਕਈ ਜਿਹੜੇ ਮਤਲਬ ਹਨਾ ਜਿਹੜੇ ਬਾਕੀ ਕਿਦੋਂ ਐਡ ਕਰਾਉਂਦੇ ਪਈ ਬਾਈ ਤੂੰ ਫੋਨ ਤੇ ਉਦਾਂ ਹੀ ਕਰਦਾ ਐਦਾਂ ਉਦਾਂ ਹਨਾ ਪਈ ਤੇੜਾ ਉਹ ਹੈ ਨਹੀਂ ਐਦਾਂ ਉਦਾਂ ਬਾਈ ਸਿੱਧੀ ਜੀ ਗੱਲ ਆ ਅੱਪਾ ਦਾ ਇਦਾਂ ਹੀ ਰੱਖਣਾ ਹੈ ਮਤਲਬ ਹਨ ਜਿਨ੍ਹਾਂ ਨੂੰ ਹੋਵੇ ਵੀ ਥੋੜਾ ਵਧੀਆ ਉੱਚੇ ਲੈਵਲ ਤੇ ਵੀਡੀਓ ਇਦਾਂ ਉਦਾਂ ਉਹ ਨਹੀਂ ਕਰਾਉਣੀ ਨਾ ਕਰਾਇਓ ਕੋਈ ਚੱਕਰ ਨਹੀਂ ਜਿਹੜਾ ਸੁਣਨ ਵਾਲੇ ਆ ਦੇਖਣ ਵਾਲੇ ਆ ਉਹ ਹੈਲਪ ਕਰ ਦੂਗੇ ਐਡੀ ਗੱਲ ਨਹੀਂ ਜਿਹੜਾ ਤੌਰ ਤਰੀਕਾ ਜਿਹੜਾ ਲਹਿਜਾ ਉਹ ਨਹੀਂ ਛੱਡਣਾ ਗੱਲ ਇੱਥੇ ਮੋਗੀ ਭਾਈ ਹਨਾ ਤੇ ਹਾਂਜੀ ਐਡਮੰਡ ਹਲੇਰੀ ਦੁਨੀਆ ਦਾ ਸਭ ਤੋਂ ਪਹਿਲਾ ਮਾਉਂਟ ਐਵਰੇਸਟ ਜਾਣ ਵਾਲਾ ਇਨਸਾਨ ਪੱਗ ਵਿੱਚ ਤੁਸੀਂ ਕਦੀ ਇਹਦੀ ਤਸਵੀਰ ਦੇਖੀ ਸੱਚ ਦੱਸਿਓ ਨਹੀਂ ਦੇਖੀ ਹਨਾ ਮੈਂ ਦਿਖਾਈ ਆ ਤੇ ਮੈਂ ਇਦਾਂ ਦਾ ਬਹੁਤ ਕੁਝ ਤੇ ਨਾਲ ਵੀ ਦੱਸਦਾ ਕੌਣ ਆ ਮੋਹਨ ਸਿੰਘ ਕੋਹਲੀ ਭਾਰਤ ਦਾ ਸਭ ਤੋਂ ਪਹਿਲਾ ਇਨਸਾਨ ਮਾਉਂਟ ਐਵਰੈਸਟ ਤੇ ਜਾਣ ਵਾਲਾ ਭਾਰਤ ਦਾ ਸਭ ਤੋਂ ਪਹਿਲਾ ਇਨਸਾਨ ਮਾਉਂਟ ਐਵਰੈਸਟ ਤੇ ਜਾਣ ਵਾਲਾ ਅਵਤਾਰ ਸਿੰਘ ਚੀਮਾ ਐਚਐਸ ਸਾਲੂਵਾਲੀਆ ਮੋਹਨ ਸਿੰਘ ਕੋਹਲੀ ਤਿੰਨੇ ਹੀ ਸਿੰਘ ਸੀ ਤਿੰਨੇ ਹੀ ਪੰਜਾਬੀ ਸੀ ਤੁਹਾਨੂੰ ਦੱਸਿਆਗੇ ਜੀ ਕਿਸੇ ਨੇ ਵੀ ਮਾਉਂਟ ਐਵਰੈਸਟ ਤੇ ਪਹਿਲਾ ਭਾਰਤੀ ਕੌਣ ਗਿਆ ਨਹੀਂ ਦੱਸਿਆ ਨਾ ਤੇ ਇਹਨਾਂ ਬਾਰੇ ਦੱਸੂੰਗਾ ਗਰੁੱਪ ਦੇ ਲੀਡਰ ਸੀ ਮੋਹਨ ਸਿੰਘ ਕੋਹਲੀ ਜੀ ਤੇ ਨਾਲ ਐਡਮਰਡ ਹਲੇਰੀ ਮਾਊਂਟ ਅਰਥ ਤੇ ਜਾਣ ਵਾਲਾ ਦੁਨੀਆ ਦਾ ਪਹਿਲਾ ਇਨਸਾਨ ਪੱਗ ਚ ਨਾਲ ਉਹਨਾਂ ਦੇ ਖੜਾ ਆ। ਇਦਾਂ ਦਾ ਬਹੁਤ ਕੁਝ ਪਿਆ ਭਾਈ ਪੰਜਾਬੀਆਂ ਦਾ ਬੜਾ ਇਤਿਹਾਸ ਪਿਆ ਇਦਾਂ ਦਾ ਲੈ ਕੇ ਆਉਂਗਾ। ਪਰ ਤੁਹਾਡਾ ਸਭ ਜੋ ਚਾਹੀਦਾ ਆ ਸਿੱਧੀ ਜੀ ਗੱਲ ਆ। ਨਹੀਂ ਤਾਂ ਫੇਰ ਆ ਹਫਤਾ ਦੱਸ ਦੇ ਦੇਖਣਾ ਨਹੀਂ ਤਾਂ ਫੇਰ ਚੱਕੀਏ ਪੱਥਰ ਚੱਕੀਏ ਭਾਈ ਜਾ ਕੇ ਦਿਹਾੜੀਆਂ ਲਾਈਏ। ਸੱਡੋ ਵੀਡੀਓ ਵਾਰਿਓ। ਸਿੰਘ ਜੀ ਮੈਚ ਆ ਸਾਲੂਵਾਲੀਆ ਮਾਉਰਾ ਐਵਰੇਸਟ ਤੇ 1965 ਚ ਜਾਣ ਵਾਲੇ ਭਾਰਤ ਦੇ ਪਹਿਲੇ ਇਨਸਾਨ ਭਾਰਤ ਚੋਂ ਪਹਿਲੇ ਪਰ ਦੱਸਿਆ ਨਹੀਂ ਕਿਸੇ ਨੇ ਕਿਉਂਕਿ ਪੰਜਾਬੀ ਸੀਗੇ ਤੇ ਹੁਣ ਮੈਂ ਪੰਜਾਬੀ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਇਦਾਂ ਦੀਆਂ ਚੀਜ਼ਾਂ ਲਿਆਉਣਾ ਤੇ ਹੁਣ ਤੁਹਾਡਾ ਮਤਲਬ ਬਣਦਿਆ ਤੇ ਤੁਸੀਂ ਇਹ ਨਾ ਚੀਜ਼ਾਂ ਨੂੰ ਸ਼ੇਅਰ ਕਰੋ ਤੇ ਹੋ ਸਕਦਾ ਮੇਰੀ ਫਾਈਨੈਂਸ਼ਲੀ ਹੈਲਪ ਕਰੋ ਕਿਉਂਕਿ ਲੋੜ ਆ ਸਿੱਧੀ ਜੀ ਗੱਲ ਆ ਹਨਾ ਤੇ ਕੰਮ ਵੀ ਛੱਡਤਾ ਆ ਤੇ ਹੁਣ ਫੁੱਲ ਟਾਈਮ ਇਹੀ ਕੰਮ ਆ ਜਿੰਨੀ ਤੁਸੀਂ ਕਰ ਸਕਦੇ ਆ ਤੇ ਮੈਨੂੰ ਇਸ ਗੱਲ ਦਾ ਦੁੱਖ ਆ ਇੱਕ ਸਿੰਘ ਦਾ ਜਿਹਦਾ ਪੈਟਰੋਲ ਸਟੇਸ਼ਨ ਤੇ ਅਮਰੀਕਾ ਕਾ ਜ ਲੜਾਈ ਹੋਈ ਉਹਦੇ ਲਈ 1 ਲੱਖ ਡਾਲਰ ਇਕੱਠਾ ਕਰਤਾ ਚਲੋ ਉਹ ਵੀ ਧਾਰਮਿਕ ਹੋ ਜਾਂਦਾ ਹਨਾ ਧਰਮ ਦੇ ਨਾਂ ਤੇ ਤਾਂ ਅਸੀਂ ਹਮ ਤਾਂ ਫਕੀਰ ਹੈ 10000 ਕਰੋੜ ਰੁਪਏ ਦੇ ਦੋ ਜਹਾਜ਼ ਆ ਗਏ ਫਕੀਰ ਸਾਹਿਬ ਦੇ ਤੇ ਜਹਾਜ਼ ਦੇ ਫੰਕਸ਼ਨ ਦਿਖਾਉਣਾ ਆ ਜੀ ਤਸਵੀਰ ਤੋਂ ਬਾਅਦ ਇਹ ਹੋਇਆ ਜੀ ਗੰਗਸਖਾਨ ਤੇ ਇਹਨੇ ਕਿੰਨੀ ਦੁਨੀਆ ਖਤਮ ਕਰਤੀ ਸੀ ਮੈਂ ਕਹ ਕੀ ਕਹਿਣਾ ਇਹਦੇ ਹੁਣ ਬਸ ਪੱਲੇ ਕੀ ਰਹਿ ਗਿਆ ਘੋੜੇ ਤੇ ਬੈਠਾ ਤੇ ਮੰਗੋਲੀਆ ਦੇਸ਼ ਬਸ ਉੱਥੇ ਵੀ ਘੋੜੇ ਹੀ ਘੁੰਮਦੇ ਆ ਬੰਦੇ ਦਾ ਮੰਗੋਲੀਆ ਚ ਹਈ ਨਹੀਂਗੇ ਰੱਕ ਭਾਈ ਆ ਬਸ ਖਾਲੀ ਪਿਆ ਸਾਰਾ ਹੀ ਦੇਸ਼ ਤੇ ਹੁਣ ਈਦੀ ਮੈਂ ਲਿਆਂਦਾ ਪੈਰਿਸ ਚ ਇੱਕ ਮਾਦਰ ਪ੍ਰਦਰਸ਼ਨੀ ਹੋਣ ਲੱਗੀ ਚੀਨ ਵਾਲੇ ਉਹਨਾਂ ਨੂੰ ਕਹਿੰਦੇ ਧਮਕੀਆਂ ਹੀ ਦਿੰਦੇ ਆ ਪਿਆਰ ਨਾਲ ਨਹੀਂ ਕਹਿੰਦੇ ਕੰਦੇ ਜੇ ਅੰਪਾਇਰ ਚੰਗੇਜ਼ ਖਾਨ ਮਤਲਬ ਗੰਗਲਸ ਖਾਨ ਤੇ ਹੋਰ ਇਦਾਂ 2-4 ਸ਼ਬਦ ਜੇ ਤੁਸੀਂ ਵਰਤੇ ਦੇਖ ਲਿਓ ਚੀਨ ਵਾਲੇ ਸ਼ਰੇਆਮ ਧਮਕੀਆਂ ਦੇਈ ਜਾਂਦੇ ਆ ਪਈ ਨਾ ਇਹਨਾਂ ਦਾ ਵੀ ਇਤਿਹਾਸ ਬੜਾ ਤਕੜਾ ਆ ਹਨਾ ਪਰ ਇਸ ਵੇਲੇ ਤਾਂ ਫਿਰ ਗੱਲਾਂ ਰਹਿਣੀ ਦੋ ਪਲੇਨ ਹਮ ਤੋ ਫਕੀਰ ਹੈ 10000 ਯਾਰ ਕਰੋੜ ਰੁਪਏ ਦਾ ਪਲੇਨ ਨਾ ਮਜ਼ਾਇਲ ਵੀ ਨਹੀਂ ਕੁਝ ਕਰ ਸਕਦੀ ਆ ਦੇਖ ਲਓ ਸਿਸਟਮ ਉਹ ਜਿੱਦਾਂ ਦਾ ਮਤਲਬ ਕੋਈ ਆਈ ਉਹਨੇ ਪਹਿਲਾਂ ਹੀ ਡਿਟੈਕਟ ਕਰਕੇ ਉਹਨੂੰ ਪਰਾਂ ਨੂੰ ਮੋੜ ਕੇ ਤੇ ਨਸ਼ਟ ਕਰ ਦੇਣਾ ਇਹ ਇਕੱਲਾ ਟਰੰਪ ਦੇ ਪਲੇਨ ਚ ਹੈ ਦੁਨੀਆ ਚ ਤੇ ਦੂਜੇ ਨੰਬਰ ਤੇ ਆ ਮੋਦੀ ਸਾਹਿਬ ਤੇ ਮੋਦੀ ਜੀ ਮਤਲਬ ਹਨਾ ਬੜੇ ਭਗਤ ਵੀ ਆ ਭੇਡਾਂ ਵੀ ਸੁਣਦੀਆਂ ਹਨਾ ਤੇ ਕਈ ਦਿਨ ਹੋਈ ਸੀ ਆਵਾਜ਼ ਨਹੀਂ ਕੱਟੀ ਹੈ ਤੇ ਉਹ ਵੀ ਸੁਣਦੀਆਂ ਤੇ ਆਪਾਂ ਕਿਹਾ ਜੀ ਕਹਿ ਦਈਏ ਰਸਪੈਕਟ ਦੇ ਦਈਏ ਇਹ ਤਿਆਪ ਤਾਂ ਇਦਾਂ ਦੇ ਪਲੈਨਾਂ 'ਚ ਬੰਦਾ ਜਿਨ੍ਹਾਂ 'ਚ ਮਜਾਇਲ ਵੀ ਨਹੀਂ ਵੱਜ ਸਕਦੀ ਤੇ ਸਾਡੇ ਕਿਸਾਨਾਂ ਦੇ ਡੰਡੇ ਮਾਰਦੇ ਆ ਹਨਾ ਆ ਸਿਸਟਮ ਦਾ ਨਾਂ ਵੀ ਲਿਖਿਆ ਆ ਹਨਾ ਮਤਲਬ ਸਾਰਾ ਕੁਝ ਭਈ ਥੋ ਤਸਵੀਰ ਤੂੰ ਤੁਸੀਂ ਸਮਝ ਹੀ ਜਾਂਨੇ ਮਤਲਬ ਕਿਸੇ ਨੇ ਮਜਾਇਲ ਛੱਡੀ ਜੋ ਵੀ ਆ ਉਹਨੇ ਪਹਿਲਾਂ ਹੀ ਡਿਟੈਕਟ ਕਰਕੇ ਉਹਨੂੰ ਮੋੜ ਕੇ ਨਸ਼ਟ ਕਰ ਦੇਣਾ ਸਿਸਟਮ ਇਦਾਂ ਦਾ ਪਲੈਨ 'ਚ ਇਹ ਕੱਲਾ ਟਰੰਪ ਦੇ ਪਲੈਨ 'ਚ ਹੀ ਆ ਤੇ ਦੂਜੇ ਹੁਣ ਸਾਡੇ ਫਕੀਰ ਸਾਹਿਬ ਦੇ ਪਲੈਨ 'ਚ ਆ ਦੇਖ ਲਓ ਬਾਈ ਨਿਆਣਾ ਜੰਮਿਆ ਤੇ ਜੰਮਦਾ ਹੀ ਕਹਿੰਦਾ ਲਾ ਦੇ 마ਸਕ ਮੂਸਕ ਚੱਕ ਲਾ 마ਸਕ ਨੂੰ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤਸਵੀਰ ਮੈਂ ਕਹਾ ਮੈਂ ਵੀ ਤੁਹਾਨੂੰ ਸਾਂਝੀ ਕਰ ਦਵਾ ਤੇ ਕਹਿੰਦਾ ਕਰੋਨਾ ਬਸ ਧੋਖਾ ਹੀ ਆ ਬੰਦੇ ਦਾ ਹੀ ਬਣਾਇਆ ਆ ਪਰ ਇਹ ਜਾਂਦਾ ਨਹੀਂ ਕਿਤੇ 2 ਸਾਲ ਹੋਰ ਸਭ ਤੋਂ ਵੱਡਾ ਨੁਕਸਾਨ ਕਰੋਨਾ ਦਾ ਪਤਾ ਕਿਨੂੰ ਹੋਇਆ ਇੱਕ ਤਾਂ ਚਲੋ ਜਿਨ੍ਹਾਂ ਦੇ ਕਾਮਕਾਰ ਆ ਉਹ ਤਾਂ ਬੱਕਰੀ ਗੱਲ ਆ ਜਿਹੜਾ ਜਿਹੜੇ ਕਲਾਕਾਰ ਭਰਾ ਉਹਨਾਂ ਨੂੰ ਬੜਾ ਤਕੜਾ ਨੁਕਸਾਨ ਹੋਇਆ ਨਾ ਅਖਾੜੇ ਲੱਗਣੇ ਨਾ ਫਿਲਮਾਂ ਚੱਲਣੀਆਂ ਹਾਂ ਸਿਨੇਮੇ ਖੁੱਲ ਵੀ ਜਾਣ ਇੰਡੀਆ 'ਚ ਸ਼ਾਇਦ ਖੁੱਲ ਗਏ ਪੰਜਾਬ 'ਚ ਨਹੀਂ ਖੁੱਲੇ ਮਤਲਬ ਲੋਕਾਂ ਨੇ ਜਾਣਾ ਹੀ ਨਹੀਂ ਡਰਦਿਆਂ ਨੇ 2 ਸਾਲ ਗਿਣ ਕੇ ਲਾ ਲਓ 2 ਸਾਲ ਨਹੀਂ ਕਿਤੇ ਜਾਂਦਾ ਤੇ ਕਈਆਂ ਨੂੰ ਅਗਲ ਵੀ ਆ ਗਈ ਆ ਜਿਹੜੇ ਬੰਦੇ ਨੂੰ ਬੰਦਾ ਹੀ ਨਹੀਂ ਸੀ ਸਮਝਦੇ ਕਹਿੰਦੇ ਆਪਾਂ ਹੀ ਆ ਹੁਣ ਪਤਾ ਲੱਗਦਾ ਕੀ ਬਾਹ ਪੈਂਦੀ ਯਾਰੀ ਤੇ 250 ਪਾਉਂਡ ਦਾ ਕੱਦੂ ਹੋਇਆ ਅਮਰੀਕਾ 'ਚ ਇਦਾਂ ਦੀਆਂ ਵੀ ਖਬਰਾਂ ਥੋੜੀਆਂ ਬਹੁਤੀਆਂ ਸਾਂਝੀਆਂ ਕਰ ਦਿਆ ਕਰੀਏ ਅਸਲੀ ਆ 2350 ਪੌਂਡ 2000 ਪੌਂਡ ਦਾ ਕੱਦੂ ਭੱਲੇ ਇਹੇ ਪਿੰਡ ਮੈਨੂੰ ਵੀ ਕੱਦੂ ਹੀ ਕਹਿੰਦੇ ਸੀ ਮੈਂ ਵੀ ਕੱਦੂ ਵਾਂਗੂ ਹੀ ਮੋਟਾ ਹੁੰਦਾ ਸੀ ਗੋਲ ਮਟੋਲ ਇਹਦਾ ਮੇਤੋ ਵੀ ਮੋਟਾ ਹੋ ਗਿਆ ਕੱਦੂ 2350 ਪੌਂਡ ਭਾਰ ਵੀ ਲਿਖਿਆ ਆ ਬੜਾ ਕੁਝ ਹੁੰਦਾ ਦੁਨੀਆ 'ਤੇ ਬੜਾ ਕੁਝ ਹੁੰਦਾ ਬਹੁਤ ਜ਼ਿਆਦਾ ਕੁਝ ਹੁੰਦਾ